ਆਪਣਾ ਸਪੀਕਰ ਭਾਈ, ਜੇ ਤੇ ਤੁਸੀਂ ਮੇਰੀ ਤਕਰੀਰ ਸੁਣਨੀ ਆ ਤੇ ਹਾਲ 'ਚ ਜਿੰਨੇ ਵੀ ਮੈਂਬਰ ਬੈਠੇ ਆ ਇਹਨਾਂ ਨੂੰ ਕੱਢ ਕੇ ਮੇਰੇ ਵਾਸਤੇ ਇੱਕ ਕੱਪ ਚਾਹ ਮੰਗਾ ਲਓ। ਮੀਆਂ ਸਾਹਿਬ, ਚਾਹ ਨਾਲ ਬਿਸਕਟ ਮੰਗਾ ਲਾਂ? ਨਹੀਂ ਜਨਾਬੇ ਸਪੀਕਰ ਭਾਈ, ਅੱਜ ਕੱਲ੍ਹ ਮੈਂ ਚਾਹ ਦੇ ਨਾਲ ਪਾਪੇ ਖਾਂਦਾ ਵਾਂ। ਇੱਕ ਦਿਨ ਸ਼ਾਹ ਸਾਹਿਬ ਦੇ ਘਰ ਚਾਹ ਪੀਤੀ ਆ, ਇਹਨਾਂ ਨੇ ਮੈਨੂੰ ਪਾਪਾ ਖਵਾਇਆ, ਹੁਣ ਮੈਂ ਪਾਪਿਆਂ 'ਤੇ ਲੱਗ ਗਿਆ ਵਾਂ। ਜਨਾਬੇ ਸਪੀਕਰ, ਗੱਲ ਇਹ ਆ ਕਿ ਜੀ ਚਾਹ ਦਾ ਕਹਿਤਾ ਜੇ। ਮੀਆਂ ਸਾਹਿਬ, ਚਾਹ ਵੀ ਆ ਜਾਏਗੀ, ਗੱਲ 'ਤੇ ਸ਼ੁਰੂ ਕਰੋ। ਨਹੀਂ, ਗੱਲ ਚਾਹ ਤੋਂ ਬਾਅਦ ਹੀ ਚੰਗੀ ਲੱਗਦੀ ਹੈ, ਨਾਲੇ ਇਹੋ ਜਿਹੇ ਲਾਰੇ ਲੂਰੇ ਮੈਂ ਆਮ ਨੂੰ ਲਾਉਂਦਾ ਹੁੰਦਾ, ਤੁਸੀਂ ਮੈਨੂੰ ਨਾ ਲਾਓ, ਅੱਜ ਸੱਚੀ ਮੁੱਚੀ ਚਾਹ ਮੰਗਾਉਣੀ ਪੈਣੀ ਹੈ। ਉਹ ਮੀਆਂ ਸਾਹਿਬ, ਬੰਦਾ ਨਹੀਂ ਨਾ ਕੋ ਵੇਲਾ। ਲਓ ਇੱਕ ਕੀ, ਮੈਂ ਤੁਹਾਨੂੰ 20-25 ਬੰਦਿਆਂ ਦਾ ਦੱਸਦਾ, ਉਹ ਦੁਸ਼ਮਣ ਬੈਠਿਆ ਨਾ ਪਿੱਛੇ। ਲੱਗਦਾ ਮੀਆਂ ਸਾਹਿਬ ਚਾਹ ਤੋਂ ਬਗੈਰ ਗੱਲ ਨਹੀਂ ਬਣਨੀ। ਸਪੀਕਰ ਭਾਈ, ਪੀਣੀ ਮੈਂ ਜ਼ਰੂਰ ਆ, ਭਾਵੇਂ ਕੱਪ ਅੱਧਾ ਹੋਵੇ, ਨਹੀਂ ਤਾਂ ਠੀਕ 5 ਮਿੰਟ ਬਾਅਦ ਨਾ ਤਕਰੀਰ ਇੱਥੇ ਹੋਣੀ ਹੈ, ਨਾ ਮੀਆਂ ਇੱਥੇ ਹੋਣਾ। ਬੇਜ਼ਾਬੀ ਟੋਟੇ। 10 ਲੱਖ ਬੰਦਾ ਇਮਰਾਨ ਨੇ ਇਸਲਾਮਾਬਾਦ ਇਕੱਠਾ ਕੀਤਾ। 2000 ਸੀ ਬਾਕੀ, ਉਹਨਾਂ ਦੀਆਂ ਫੋਟੋ ਕਾਪੀਆਂ ਕਰਾਉਣੀਆਂ ਸੀ। ਤੇ ਸ਼ਰਮਿੰਦਾ ਹੋਣ ਦੀ ਬਜਾਏ ਯੋਮੇ ਤੇ ਸ਼ੱਕਰ ਮਨਾਇਆ, ਪਤਨੀ ਡੀਜ਼ਲ ਸਸਤਾ ਹੋ ਗਿਆ। ਜਿਹਨੇ ਹਕੂਮਤ ਨੂੰ ਸਤਾਇਆ ਉਹਨੇ ਰਕਸ਼ਾ ਹੀ ਚਲਾਇਆ। ਤੁਹਾਨੂੰ ਯਕੀਨ ਨਹੀਂ ਆਉਣਾ, ਇਹ ਗੱਲ ਮੇਰੀ ਆਪਣੀ ਅਜ਼ਮਾਈ ਹੋਈ ਹੈ। ਤੁਸੀਂ ਤੇ ਹਰ ਹਕੂਮਤ ਦੀ ਸਾਈਡ ਲੈਂਦੇ ਹੋ। ਇਸ ਲਈ ਤੇ 5 ਉਂਗਲਾਂ ਘਿਓ 'ਚ ਰਹਿੰਦੀਆਂ ਨੇ ਪੂਰੀ ਕੌਮ ਦੀ ਨਜ਼ਰਾਂ ਦੇ ਵਿੱਚ। ਕੀ ਗੱਲ ਆ, ਗਿਰ ਗਏ ਹੋ? ਸਿਰਫ ਮੈਂ ਹੀ ਉਹ ਸ਼ਖਸ ਹਾਂ ਜਿਹਦੀ ਕੋਈ ਵੀ ਨਹੀਂ ਸੁਣਦਾ। ਸੋਚ ਇਹ ਆ ਕਿ ਕਰਪਸ਼ਨ ਦਾ ਇਲਾਜ ਹੋਣਾ ਚਾਹੀਦਾ। ਤੇ ਕਰ ਦਿਓ ਚੀਰ ਪਾੜ, ਇਹ ਇੰਨਾ ਆਸਾਨ ਨਹੀਂ। ਕਿਉਂ, ਕੀ ਕਰਨਾ ਪੈਣਾ? ਵਜ਼ੀਰ ਆਜ਼ਮ ਬਣਨਾ ਪੈਣਾ ਵਾ, ਤੇ ਇਹਦੇ ਵਾਸਤੇ ਕਿਸੇ ਨਾ ਕਿਸੇ ਨੂੰ ਕੁਰਬਾਨੀ ਦੇਣੀ ਪੈਣੀ ਹੈ। ਚਲੋ ਮੈਂ ਹੀ ਦੇ ਦਿੰਦਾ ਵਾਂ। ਵਜ਼ੀਰ ਆਜ਼ਮ ਬਣ ਕੇ ਕੀ ਕਰੋਗੇ? ਕਰਪਸ਼ਨ ਕਰਕੇ ਖਤਮ ਕਰ ਦਿਆਂਗਾ। ਬੇਜ਼ਾਬੀ ਟੋਟੇ। ਇੱਕ ਜ਼ਮਾਨਾ ਸੀ ਜਦੋਂ 18-18 ਘੰਟੇ ਨਾ ਬੱਤੀ ਆਉਂਦੀ ਸੀ ਤੇ ਨਾ ਹੀ ਕਿਸੇ ਨੂੰ ਸ਼ਰਮ ਆਉਂਦੀ ਸੀ। ਇੱਕ ਤਾਂ ਬੁਰੇ ਹਾਲਾਤ, ਉੱਤੋਂ ਖੈਰ ਨਾਲ ਅਸੀਂ ਆ ਗਏ, ਤੇ ਹੁਣ ਇਨਸ਼ਾਅੱਲਾ ਇੱਕ ਐਸਾ ਜ਼ਮਾਨਾ ਆਏਗਾ ਜਦੋਂ ਇਹ ਹਨੇਰੇ ਹਮੇਸ਼ਾ ਲਈ ਮੁੱਕ ਜਾਣਗੇ। ਅੱਜ ਮੈਂ ਵਿਆਹ ਤੋਂ ਬਾਅਦ ਪੈਸੇ ਮੁੱਕ ਜਾਂਦੇ ਆ, ਤੇ ਮੈਂ ਵੀ ਤੁਹਾਡੀ ਖਾਤਰ ਕੋਸ਼ਿਸ਼ ਕਰਾਂਗਾ ਕਿ ਉਦੋਂ ਤੱਕ ਹਕੂਮਤ ਕਰੀ ਰੱਖਾਂ ਜਦੋਂ ਤੱਕ ਉਹ ਜ਼ਮਾਨਾ ਨਹੀਂ ਆਉਂਦਾ। ਹਾਲਾਂਕਿ ਕਈ ਹਕੂਮਤ ਦੀਆਂ ਲੱਤਾਂ ਖਿੱਚਣ ਵਾਸਤੇ ਹੱਥ ਧੋ ਕੇ ਪਏ ਨੇ। ਯਾਰ, ਜੇ ਤੁਸੀਂ ਕੁਝ ਖਿੱਚਣਾ ਹੀ ਆ ਤੇ ਅੱਬੇ ਦੀ ਜੇਬ 'ਚ ਜਾ ਕੇ ਪੈਸੇ ਖਿੱਚੋ, ਲੱਤਾਂ ਨਹੀਂ ਖਿੱਚੀ ਦੀਆਂ। ਕੋਈ ਬੰਦਾ ਕਿਸੇ ਟਾਈਮ ਬਨੇਰੇ ਤੇ ਵੀ ਬੈਠਾ ਹੁੰਦਾ ਵਾ, ਇਹ ਟਾਈਮ ਹੈਗਾ ਖਿਦਮਤ ਕਰਨ ਦਾ, ਸਿਆਸਤ ਕਰਨ ਦਾ ਨਹੀਂ। ਹੋਰ 15-20 ਦਿਨ ਉੱਤੇ ਹੋ ਗਏ ਤੇ ਫਿਰ ਧੁੰਦਾਂ ਪੈਣ ਲੱਗ ਪੈਣੀਆਂ ਨੇ, ਫਿਰ ਇਹ ਇਫਤਤਾਹ ਵਗੈਰਾ ਸਾਰੇ ਰਹਿ ਜਾਣੇ ਆ, ਕਿਉਂਕਿ ਮੈਂ ਠੰਡ 'ਚ ਘਰੋਂ ਨਹੀਂ ਨਿਕਲਦਾ ਹੁੰਦਾ। ਬੇਜ਼ਾਬੀ ਟੋਟੇ। ਆਖਾਂ ਤੇ ਈਦ ਦੀ ਮੁਬਾਰਕ ਦੇ ਦਿਆਂ? ਨਹੀਂ, ਈਦ ਲੰਘ ਲੈਂਦੇ ਹੋ। ਨਿੱਕੀ ਜਿਹੀ ਤੇ ਮੁਬਾਰਕ ਲੈ ਕੇ ਰੌਲਾ ਮਕਾਓ ਯਾਰ, ਸਾਡੇ ਕੋਲ ਜਗ੍ਹਾ ਹੀ ਨਹੀਂ ਰੱਖਣ ਦੀ। ਇਸ ਲਈ ਮੈਂ ਕਹਿੰਦਾ ਮੇਰੇ ਜਲਸੇ 'ਚ ਛਾਪਰ ਲੈ ਕੇ ਆਇਆ ਕਰੋ। ਮੁਬਾਰਕ ਦੇਣੀ ਹੈ ਕਿ ਹਲਵਾ? ਹਲਵਾ ਅੱਜ ਤੇ ਸੀਨੇ ਤੇ ਹੀ ਬੈਠਾ। ਚਲੋ ਚਲੀਏ ਯਾਰ, ਚਲੋ ਯਾਰ ਚਲੋ। ਅੱਛਾ ਭਾਈ, ਤੁਹਾਨੂੰ ਈਦ ਦੀ ਮੁਬਾਰਕ ਹੋਵੇ। ਹੇ ਮੁਬਾਰਕ, ਤੁਸੀਂ ਮੇਰੇ ਕੋਲੋਂ ਜ਼ਬਰਦਸਤੀ ਲਈ ਆ, ਨਹੀਂ ਤੇ ਮੈਂ ਤਾਂ ਈਦ ਦੇ ਪੂਰੇ 3 ਦਿਨ ਤੁਹਾਨੂੰ ਤਰਸਾ ਤਰਸਾ ਕੇ ਮੁਬਾਰਕ ਦੇਣੀ ਸੀ। ਮੌਲਾਨਾ ਪੈਟਰੋਲ, ਕਿਸੇ ਨੇ ਜਵਾਬ ਨਹੀਂ ਦੇਣਾ। ਮੌਲਾਨਾ ਡੀਜ਼ਲ, ਜ਼ਿੰਦਾਬਾਦ। ਚਲੋ ਜਾਓ ਮੇਰੇ ਸੱਜਣੋ ਦੁਸ਼ਮਣੋ, ਜਾ ਕੇ ਈਦ ਮਨਾਓ। ਤੇ ਈਦ ਹੀ ਤੁਹਾਡੇ ਫੁੱਫੜ ਨੇ ਦੇਣੀ ਹੈ? ਇਸੇ ਡਰ ਤੋਂ ਮੈਂ ਤੁਹਾਨੂੰ ਈਦ ਦੀ ਮੁਬਾਰਕ ਨਹੀਂ ਸੀ ਦੇ ਰਿਹਾ। ਬੇਜ਼ਾਬੀ ਟੋਟੇ। ਮੈਂ ਤੇ ਦੁਆ ਕਰਨ ਆਇਆ, ਅੱਲਾ ਤੁਹਾਡੇ ਦੋਵਾਂ 'ਚ ਹਾਲਾਤ ਠੀਕ ਕਰੇ ਤੇ ਤੁਸੀਂ ਦੋਵੇਂ ਰਲ ਕੇ ਕਰਾਚੀ ਦੇ ਹਾਲਾਤ ਠੀਕ ਕਰ ਲੈਣਾ। ਵੈਲਕਮ ਮੀਆਂ ਸਾਹਿਬ, ਸੁਣਾਓ, ਧੁੱਪ ਤੇ ਨਹੀਂ ਲੱਗੀ? ਧੁੱਪ ਨੂੰ ਛੱਡੋ ਜੀ, ਭੁੱਖ ਬੜੀ ਲੱਗੀ ਆ। ਕੋਈ ਗੱਲ ਨਹੀਂ ਮੀਆਂ ਸਾਹਿਬ, ਤਲੀ ਮੱਛੀ, ਕੋਰਮਾ, ਚਾਪਾਂ, ਛੋਟੇ ਪਾਏ, ਵੱਡੇ ਪਾਏ ਤੋਂ ਇਲਾਵਾ ਸਭ ਕੁਛ ਆ ਜੀ। ਬਹੁਤ ਆਲਾ ਕਿਸਮ ਦੀਆਂ ਦਾਲਾਂ ਪੱਕੀਆਂ ਸੀ, ਉੱਤੋਂ ਉਬਲੇ ਚਾਵਲਾਂ ਨੇ ਕਸਰ ਪੂਰੀ ਕਰਤੀ। ਮੇਰੇ ਖਿਆਲ 'ਚ ਇਹ ਸ਼ਾਹ ਸਾਹਿਬ ਦੇ ਪਰਹੇਜ਼ੀ ਖਾਣੇ ਸੀ।
ਇਹਨਾਂ ਨੂੰ ਕਿਤੇ ਗਲਤ ਫਹਿਮੀ ਹੋ ਗਈ ਹੈ ਕਿ ਮੈਨੂੰ ਅਲਸਰ ਆ। ਖੈਰ ਰੋਟੀ ਜਿੱਦਾਂ ਦੀ ਵੀ ਸੀ ਛੱਡੀ ਅਸੀਂ ਉਹ ਵੀ ਨਹੀਂ। ਅੱਜ ਮੈਨੂੰ ਪਤਾ ਲੱਗਾ ਸ਼ਾਹ ਸਾਹਿਬ ਵੱਲ ਪ੍ਰਾਹੁਣੇ ਕਿਉਂ ਨਹੀਂ ਆਉਂਦੇ ਅਤੇ ਅਸੀਂ ਵੀ ਹੁਣ ਕਿਸੇ ਗੱਲ ਨਾਲ ਹੀ ਆਵਾਂਗੇ। ਬਾਕੀ ਇੱਕ ਗੱਲ ਆ, ਸ਼ਾਹ ਸਾਹਿਬ ਨੇ ਮੈਨੂੰ ਪ੍ਰਾਹੁਣੇ ਨਸਾਉਣ ਦਾ ਤਰੀਕਾ ਦੱਸਤਾ, ਇਸ ਲਈ ਹੁਣ ਮੈਂ ਸ਼ਾਹ ਸਾਹਿਬ ਨੂੰ ਦਾਵਤ ਦੇ ਕੇ ਚੱਲਾਂ ਕਿ ਤੁਸੀਂ ਵੀ ਕਿਸ ਟਾਈਮ ਪੰਜਾਬ ਚੱਕਰ ਲਾਓ। ਇਹਨਾਂ ਦੀ ਐਸੀ ਦਾਵਤ ਕਰਾਂਗੇ ਕਿ ਰੋਟੀ ਲਾਹੌਰ ਖਾਣਗੇ ਤੇ ਪਾਣੀ ਜਿਹੜਾ ਨਾ ਉਹ ਕਰਾਚੀ ਆ ਕੇ ਪੀਣਗੇ। ਮਿਹਰਬਾਨੀ ਜੀ, ਮਿਹਰਬਾਨੀ ਰਹਿਣ ਦਿਓ, ਮੇਰਾ ਤੇ ਦਿਲ ਹੈ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂ। ਬੇਜ਼ਾਬੀ ਟੋਟੇ ਯੂਥ ਕਰਜ਼ਾ ਸਕੀਮ ਜਿਹੜੀ ਗੌਰਮੈਂਟ ਨੇ ਚਲਾਈ ਆ, ਇਹ ਜਿਹੜੇ ਦੋ ਭਾਈ ਆ ਇਹ ਕੁਛ ਨਾ ਕੁਛ ਚਲਾਉਂਦੇ ਰਹਿੰਦੇ ਨੇ। ਹਾਂ, ਕਦੇ ਬੱਸਾਂ ਚਲਾਉਣ ਲੱਗ ਪੈਂਦੇ ਨੇ, ਕਦੇ ਕਰਜ਼ਾ ਸਕੀਮਾਂ, ਜੇ ਕੁਛ ਚਲਾਉਣ ਨੂੰ ਨਾ ਲੱਭੇ ਤਾਂ ਇਕੱਲਾ ਪੱਖਾ ਚਲਾ ਕੇ ਬਹਿ ਜਾਂਦੇ ਨੇ। ਹਾਲਾਤ ਇਹਨਾਂ ਨੇ ਉਹ ਪੈਦਾ ਕਰਤੇ ਕਿ ਜਿਨ੍ਹਾਂ ਕੋਲ ਆਪਣੇ ਪੈਸੇ ਹੈਗੇ ਉਹਨਾਂ ਦੇ ਕਾਰੋਬਾਰ ਨਹੀਂ ਚੱਲਦਾ ਹੈ। ਤੁਸੀਂ ਦੇਣ ਲੱਗੇ ਹੋ ਪਾਕਿਸਤਾਨੀ ਨੌਜਵਾਨਾਂ ਨੂੰ ਕਰਜ਼ਾ, ਉਹਨਾਂ ਕੋਲ ਤਾਂ ਮੋਟਰਸਾਈਕਲ ਸਹੀ ਨਹੀਂ ਚੱਲਦੇ, ਉਹਨਾਂ ਨੇ ਕਾਰੋਬਾਰ ਘੱਟਾ ਚਲਾਉਣੇ। ਕਰਜ਼ਾ ਦੇਣਾ ਤਾਂ ਮੇਰੇ ਵਰਗੇ ਬਜ਼ੁਰਗਾਂ ਨੂੰ ਦਿਓ, ਨਾ ਅਸੀਂ ਖਰਚਣ ਜੋਗੇ ਨਾ ਤੁਹਾਨੂੰ ਵਾਪਸ ਮੋੜਨ ਜੋਗੇ। ਇਹ ਜਿਹੜਾ ਆਵਾਮ 'ਚ ਆਪਣਾ ਸ਼ੇਰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਨਾ, ਇਹਨਾਂ ਦੇ ਸ਼ੇਰ ਨੂੰ ਕਿਸੇ ਨੇ ਪੱਠੇ ਨਹੀਂ ਪਾਉਣੇ, ਬਲਕਿ ਇਸ ਤਰ੍ਹਾਂ ਇਹਨਾਂ ਦੇ ਤਾਂ ਵਿੱਚੇ ਇਹਨਾਂ ਦੇ ਸ਼ੇਰ ਦੇ ਪੱਠੇ ਖਿੱਚੇ ਜਾਣੇ। ਅਤੇ ਹੁਣ ਮੇਰੀ ਗੁਜ਼ਾਰਿਸ਼ ਆ ਕਿ 5-5 ਰੁਪਏ ਇਕੱਠੇ ਕਰੋ, ਹਲਵਾ ਜ਼ੇਰੇ ਤਮੀਰ। ਬੇਜ਼ਾਬੀ ਟੋਟੇ ਆ ਗਏ ਨੇ ਸਰਕਾਰ। ਓਏ ਤੂੰ ਅਗਲਾ ਦਰਵਾਜ਼ਾ ਖੋਲ ਕੇ ਖਲੋਤਾ ਮੀਆਂ ਸਾਹਿਬ ਪਿਛਲੇ ਚੋਂ ਨਿਕਲ ਆਉਂਦਾ। ਮੈਂ ਕਿਹਾ ਅਸਲਾਮ ਅਲੈਕਮ। ਵਾਲੇਕਮ ਸਲਾਮ ਲਾਲਾ। ਓ ਲਾਲਾ ਓ ਲਾਲਾ, ਬਹੁਤ ਇੰਤਜ਼ਾਰ ਕਰਵਾਇਆ ਤੁਸੀਂ। ਭਾਜੀ ਦੂਰ ਕਿਉਂ ਖਲੋਤੇ ਹੋ, ਲਾਲਾ ਜੀ ਨਾਲ ਜੱਫੀ ਪਾ ਕੇ ਵਿਖਾਓ ਨਾ ਸਾਨੂੰ। ਪਾਉਂਦੇ ਹਾਂ, ਪਹਿਲੇ ਜਗ੍ਹਾ ਤੇ ਵੇਖ ਲਈਏ, ਅੱਗੇ ਹੋਵੋ ਸਰਕਾਰ, ਦੱਸੋ ਬਹਿਣਾ ਕਿੱਥੇ ਅਸੀਂ। ਜਨਾਬ ਤੁਸੀਂ ਜਿਹੜੀ ਕੁਰਸੀ ਤੇ ਬਹਿਣਾ ਚਾਹੁੰਦੇ ਸੀ ਬਹਿ ਗਏ ਹੋ, ਹੁਣ ਸੋਫੇ ਤੇ ਤਸ਼ਰੀਫ ਰੱਖੋ। ਐ ਏਸੀ ਵੀ ਚਲਾ ਦਿਓ। ਇਹਦਾ ਰਿਮੋਟ ਗਵਾਚਾ ਹੈ, ਮੇਰਾ ਵਜ਼ੀਰ ਆਜ਼ਮ ਮੀਆਂ ਸਾਹਿਬ ਨਹੀਂ ਹੋਣਾ ਚਾਹੀਦਾ। ਲਾਲਾ ਜੀ, ਭਾਜੀ ਤੇ ਤੁਹਾਨੂੰ ਮੱਥਿਆਂ ਦੁਖਦੇ ਸੀ। ਹੋਰ ਤੇ ਕਿਤੋਂ ਨਹੀਂ ਸੀ ਨਾ ਦੁਖਦੇ। ਹਾਂਜੀ ਮੀਆਂ ਸਾਹਿਬ, ਨਵਾਜ਼ ਸ਼ਰੀਫ ਮੀਆਂ ਸਾਹਿਬ, ਮੈਂ ਤੁਹਾਡੇ ਦੋਵਾਂ ਦੀ ਇਕੱਠੀ ਤਸਵੀਰ ਖਿੱਚਣਾ ਚਾਹੁੰਦਾ। ਇਕੱਠਿਆਂ ਬਾਅਦ 'ਚ ਖਿੱਚੀ, ਪਹਿਲੇ ਮੇਰੇ ਇਕੱਲੇ ਦੀ ਇੱਕ ਖਿੱਚ ਵੇਖ ਮੈਂ ਕਿੱਡਾ ਸੋਹਣਾ ਲੱਗਦਾ ਪਿਆ। ਹਾਂਜੀ, ਲੇਕਿਨ ਮੈਨੂੰ ਨਹੀਂ ਲੱਗ ਰਿਹਾ। ਹੈਲੋ ਭਾਈ। ਹਾਂਜੀ, ਚੁੱਪ। ਅੱਛਾ ਜੀ, ਲਾਲਾ ਜੀ ਰੋਟੀ ਦਾ ਟਾਈਮ ਹੋਇਆ, ਰੋਟੀ ਖਾ ਲਈਏ। ਹਾਂਜੀ ਮੀਆਂ ਸਾਹਿਬ, ਮੇਰਾ ਵੀ ਇਹੀ ਖਿਆਲ ਹੈ। ਨਸਾਰ ਸਾਹਿਬ, ਤੁਸੀਂ ਸਰਦਾਰੀ ਹੋਟਲ ਤੇ ਆਏ, ਆਉਂਦੇ ਹੀ ਤੁਹਾਨੂੰ ਰੋਟੀ ਦੀ ਪੈ ਗਈ। ਲਾਲਾ ਜੀ, ਤੁਹਾਡੇ ਕੋਲ ਮਹਿਮਾਨ ਆਏ ਆ, ਰੋਟੀ ਖਵਾਓ। ਵਜ਼ੀਰ ਆਜ਼ਮ, ਤੂੰ ਬਣੇ ਰੋਟੀ ਸਰਦਾਰੀ ਖਵਾਵੇ? ਨਾ ਸਹੀ, ਅਸੀਂ ਵੀ 5 ਸਾਲ ਇਕੱਲੇ ਹੀ ਖਾਵਾਂਗੇ, ਅਸੀਂ ਵੀ ਨਹੀਂ ਕਿਸੇ ਨੂੰ ਦਾਵਤ ਦੇਣੀ। ਬੇਜ਼ਾਬੀ ਟੋਟੇ ਨਾਜ਼ਰੀਨ, ਬੰਦਾ ਦੁਨੀਆ 'ਤੇ ਇਕੱਲਾ ਹੁੰਦਾ ਹੈ, ਮਗਰ ਪ੍ਰੋਗਰਾਮ 'ਚ ਇੱਕ ਅੱਧਾ ਮਹਿਮਾਨ ਬੁਲਾਉਣਾ ਪੈਂਦਾ ਹੈ, ਜਿੱਦਾਂ ਕਿ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਆਏ ਨੇ। ਮੌਲਾਨਾ ਸਾਹਿਬ, ਮੁਲਕ 'ਚ ਵੱਧਦੀ ਹੋਈ ਮਹਿੰਗਾਈ ਕਿਵੇਂ ਕੰਟਰੋਲ ਹੋ ਸਕਦੀ? ਹਾਂ, ਪਹਿਲੇ ਤਾਂ ਮੈਨੂੰ ਬੁਲਾਉਣ ਦਾ ਸ਼ੁਕਰੀਆ। ਕੋਈ ਗੱਲ ਨਹੀਂ, ਤੁਸੀਂ ਮੈਨੂੰ ਬੁਲਾ ਲਿਓ। ਨਹੀਂ, ਤੇਰੇ ਕੋਲ ਪਹੁੰਚਿਆ ਨਹੀਂ ਜਾਣਾ, 8 ਬੱਸਾਂ ਬਦਲਣੀਆਂ ਪੈਂਦੀਆਂ। ਅੱਛਾ, ਮੌਜੂ 'ਤੇ ਆਓ, ਯਾਨੀ ਮਹਿੰਗਾਈ 'ਤੇ। ਜੀ, ਹੁਣ ਇਸ ਮੁਲਕ ਦੇ ਵਿੱਚ ਮਹਿੰਗਾਈ 'ਤੇ ਕਾਬੂ ਪਾਉਣਾ ਔਰ ਹਲਵੇ 'ਚ ਦੇਸੀ ਘਿਓ ਪਾਉਣਾ ਬਹੁਤ ਔਖਾ ਹੈ। ਮੇਰਾ ਮਤਲਬ ਸੀ ਕਿ ਤੁਹਾਡੇ ਖੀਸੇ 'ਚ ਅਗਰ ਕੋਈ ਸਕੀਮ ਹੈ ਤਾਂ ਉਹਨੂੰ ਬਾਹਰ ਕੱਢੋ, ਕਿ ਦੁਨੀਆ 'ਤੇ ਤੁਸੀਂ ਇਕੱਲੀਆਂ ਲੋਕਾਂ ਦੀਆਂ ਸੁਲਾਹ ਹੀ ਕਰਾਉਣ ਆਏ ਜੀ। ਮੈਂ ਜੇ ਐਡਾ ਸਕੀਮੀ ਹੁੰਦਾ ਤਾਂ ਆਪਣੇ ਸਿਰ ਦਾ ਮਫਰਲ ਨਾ ਬਦਲ ਲੈਂਦਾ। ਹਾਂ, ਫਿਰ ਵੀ ਇੱਕ ਹੱਲ ਹੈ ਕਿ ਸ਼੍ਰੀਲੰਕਾ ਕੋਲੋਂ ਕੋਈ ਪੁਰਾਣਾ ਸੈਕਿੰਡ ਹੈਂਡ ਜਿੰਨ ਲਿਆ ਜਾਏ, ਫਿਰ ਤੇ ਉਹ ਮਹਿੰਗਾਈ 'ਤੇ ਕਾਬੂ ਪਾਏਗਾ। ਫਿਰ ਉਹ 'ਤੇ ਕਾਬੂ ਪਾਉਣ ਲਈ ਇਲੈਕਸ਼ਨ ਕਰਾਵਾਂਗੇ। ਬੇਜ਼ਾਬੀ ਟੋਟੇ ਟ੍ਰੇਨ ਲੈਟਰੀਨ ਦਾ ਸੁਣਿਆ ਤਾਂ ਮੈਂ ਬਹੁਤ ਸੀ, ਇੱਕ ਵਾਰੀ ਬੰਦਾ ਅੰਦਰ ਚੱਲ ਜਾਏ ਦਰਦੇ ਸ਼ਕੀਕਾ ਦਾ ਆਰਾਮ ਆ ਜਾਂਦਾ। ਖੈਰ, ਮੈਂ ਸਾਧ ਰਫੀਕ ਨੂੰ ਕਿਹਾ ਕਿ ਅੱਗੇ ਲੱਗ ਤੇ ਚੱਲ ਕੇ ਬੂਹਾ ਖੋਲ। ਜਿੱਦਾਂ ਹੀ ਉਹਨੇ ਬੂਹਾ ਖੋਲਿਆ, ਯਕੀਨ ਮੰਨੋ ਉਸ ਟਾਈਮ ਮੇਰੇ ਰੰਗ ਉੱਡ ਗਏ ਸੀ, ਤੇ ਜਦੋਂ ਮੇਰੇ ਪਸੀਨੇ ਸੁੱਕੇ ਨੇ ਫਿਰ ਮੈਂ ਅੰਦਰ ਪੈਰ ਰੱਖਿਆ ਤੇ ਸਹੀ ਸਲਾਮਤ ਅੱਜ ਤੁਹਾਡੇ ਸਾਹਮਣੇ ਖਲੋਤਾ। ਖੈਰ, ਇਸ ਕਿਸਮ ਦੇ ਇਫਤਤਾਰ ਨੂੰ ਮੇਰਾ ਪਹਿਲਾ ਤੇ ਆਖਰੀ ਇਫਤਤਾਹ ਸਮਝਿਆ ਜਾਏ। ਇਸ ਟ੍ਰੇਨ ਦਾ ਕਿਰਾਇਆ ਸਿਰਫ 5500 ਆ, ਤਾਂ ਕਿ ਮੁਲਕ ਦੇ ਵਿਚਾਰੇ ਅਮੀਰ ਆਦਮੀਆਂ ਨੂੰ ਥੋੜਾ ਬਹੁਤ ਰਿਲੀਫ ਮਿਲੇ। ਮੈਂ ਹੁਣ ਇੱਕ ਸਵਾਲ ਸਾਧ ਰਫੀਕ ਨੂੰ ਵੀ ਕਰਾਂਗਾ,
ਕੇਚ 2500 ਪਾ ਕੇ ਬੰਦਾ ਜਹਾਜ਼ ਤੇ ਕਿਉਂ ਨਾ ਜਾਵੇ? ਉਹਦੀ ਇੱਕ ਵਜ੍ਹਾ ਕਿ ਜਹਾਜ਼ 'ਚ ਜਿੰਨਾ ਮਰਜ਼ੀ ਆਰਾਮ ਦੇ ਸਫ਼ਰ ਹੋਵੇ ਉਹਦੇ 'ਚ ਛਿੱਕ ਛਿੱਕ ਨਹੀਂ ਹੁੰਦੀ। ਨਾ ਬੋਤਲਾਂ ਵਾਲਾ ਆਉਂਦਾ, ਨਾ ਫੱਕੀ ਵਾਲਾ ਆਉਂਦਾ, ਨਾ ਹੀ ਸਟੇਸ਼ਨਾਂ ਦੇ ਬੂਸੇ ਖਾਣੇ ਖਾਣ ਨੂੰ ਮਿਲਦੇ ਆ। ਜਹਾਜ਼ ਦਾ ਕੀ ਫਾਇਦਾ, ਇੱਧਰੋਂ ਬੈਠੋ ਡੇਢ ਘੰਟੇ ਬਾਅਦ ਲੈ ਜਾਓ। ਤੇਜ਼ਾਬੀ ਟੋਟੇ। ਹਾਂ, ਜਿਹੜੀ ਇਮਰਾਨ ਖਾਨ ਨੇ ਮੇਰੀ ਛੱਡੀ ਹੋਈ ਸੀਟ ਜਿੱਤੀ ਆ, ਖੁਸ਼ ਨਾ ਹੋਵੇ ਇਹ ਸੋਚੇ ਜਿਹੜੀ ਮੈਂ ਛੱਡੀ ਆ ਉਸ ਸੀਟ 'ਚ ਕੋਈ ਨੁਕਸ ਹੋਣਾ, ਉਹਦਾ ਕੋਈ ਕਿੱਲ ਬਾਹਰ ਆਇਆ ਹੋਣਾ, ਜਾਂ ਉਹਦੇ ਪਾਵੇ ਉੱਚੇ ਨੀਵੇਂ ਹੋਣੇ। ਮੈਂ ਤਾਂ ਪਹਿਲੇ ਉਹਨੂੰ ਲੀਡਰ ਹੀ ਨਹੀਂ ਸਮਝਦਾ ਜਿਹੜਾ ਦਿਹਾੜੀ ਦੇ ਵਿੱਚ ਕਿਲੋ ਹਲਵਾ ਨਾ ਖਾਵੇ। ਹਾਂ, ਇਮਰਾਨ ਖਾਨ ਨੇ ਮੇਰੇ ਨਾਲ ਕੀ ਮੁਕਾਬਲਾ ਕਰਨਾ? ਉਹਦੇ ਜਲਸੇ 'ਚ ਤਾਂ ਕੁਰਸੀਆਂ ਚੁੱਕੀਆਂ ਜਾਂਦੀਆਂ ਨੇ ਅਤੇ ਸਾਡੇ ਜਲਸੇ 'ਚ ਜੁੱਤੀਆਂ ਚੁੱਕੀਆਂ ਜਾਂਦੀਆਂ। ਇੱਥੋਂ ਹੀ ਦੋਵਾਂ ਪਾਰਟੀਆਂ ਦਾ ਮੁਵਾਜ਼ਨਾ ਕਰ ਲਓ। ਇਹ ਖਾਬਰ ਪਖਤੂਨਖਵਾ ਦਾ ਖਾਮ ਖਾਈ ਖਾ ਠੇਕੇਦਾਰ ਬਣ ਰਿਹਾ। ਇਮਰਾਨ ਖਾਨ ਕੱਲ੍ਹ ਦਾ ਕਾਕਾ ਹੈ ਅਤੇ ਇਹ ਸਾਡਾ ਇਲਾਕਾ ਹੈ, ਭਾਵੇਂ ਇੱਥੇ ਰਹਿੰਦਾ ਫਾਕਾ ਹੈ।